क्या नंबर है? 9000 होना लास्ट में। लास्ट कितने? 9000। ਇਹ ਉਹਨਾਂ ਦਾ ਫੋਨ ਹੀ ਮੇਰੇ ਖਿਆਲ 'ਚ ਆ ਗਿਆ ਡੀਲਰ ਦਾ ਹੀ ਅਤੇ ਲਾਲੀ ਹੈ ਨਾ ਇਹ ਉਹਨਾਂ ਨਾਲ ਹੀ ਕੰਮ ਕਰਦੇ ਉਹਦਾ ਫੋਨ ਹੀ ਆਇਆ। ਹੈਲੋ, ਹਾਂ ਸੁਨੀਲ। ਹਾਂ ਸਰ, ਮੈਂ ਉਹਨਾਂ ਥਾਣੇ ਬੈਠਿਆ ਹੋਇਆ ਸੀਗਾ ਅਤੇ ਮੈਂ ਇੱਕ ਮਿੰਟ ਸਪੀਕਰ ਔਨ ਕਰਦਾ ਅਤੇ ਮੇ ਬੀ ਸਰ ਨੇ ਗੱਲ ਕਰਨੀ ਹੋਣੀ ਹੈ। ਠੀਕ ਹੈ ਸਰ, ਕਰਦਾ। ਹੈਲੋ, ਹਾਂਜੀ ਭਾਅ ਜੀ। ਲਾਲੀ ਉਹ ਕਿੱਥੇ, ਆਪ ਕਿੱਥੇ ਗਿਆ? ਸੰਜੀਵ ਕੀ ਕਹਿ ਰਹੇ ਹੋ? ਸ਼ਰਮਾ ਕਿੱਥੇ ਆ? ਕੌਣ ਕਹਿ ਰਹੇ ਹੋ? ਉਹਦਾ ਨਾਮ ਸ਼ਰਮਾ ਨੀ ਸਰ? ਯਾਰ ਜਿਹੜੀ ਤੁਸੀਂ ਗੱਡੀ ਵੇਚੀ ਸੀ ਇਹਨੂੰ, ਉਹਦੇ ਰਿਗਾਰਡਿੰਗ ਗੱਲ ਕਰਦਾ ਮੈਂ। ਹਾਂਜੀ ਹਾਂਜੀ ਬੋਲੋ, ਕੀ ਕਹਿਣਾ ਚਾਹੁੰਦੇ ਹੋ? ਦੱਸੋ। ਇਹਨੂੰ ਬੁਲਾ ਕੇ ਲਿਆ ਪਹਿਲਾਂ ਇੱਕ ਮਿੰਟ, ਹੋਲਡ ਰੱਖੀ। ਹਾਂ ਹਾਂ ਬੋਲੋ ਬੋਲੋ। ਝੂਠ ਬੋਲਣ ਤਾਂ ਸਾਨੂੰ ਕੰਮ ਹੀ ਨਹੀਂ ਹੈ। ਸੱਚ ਗੱਲ ਦੱਸ ਵੀ ਆ, ਗੱਡੀ ਇਹਦੇ ਮੈਂ ਲਈ ਸੀ, ਇੱਦਾਂ ਕਰਕੇ ਟਰਾਂਸਫਰ ਪ੍ਰੋਬਲਮ ਕਿਆ ਗਈ? ਹਿਮਾਚਲ ਨੰਬਰ ਗੱਡੀ ਸੀਗੀ, ਇਹਦੇ ਨਾਲ ਟਰਾਂਸਫਰ ਨਹੀਂ ਹੁੰਦੀ ਸੀ। ਪਹਿਲਾਂ ਇਹਨੂੰ ਰੈਂਟ ਬਣਾ ਕੇ ਦਿੱਤਾ ਇਹਨਾਂ ਨੇ, ਲਿਫਟ ਟਰਾਂਸਫਰ ਕਰਾ ਲਾ। ਜੇ ਨਾ ਹੋਈ ਟਰਾਂਸਫਰ, ਇਹਨੂੰ ਐਕਸੈਪਟ ਨਹੀਂ ਕੀਤਾ। ਇਹਨਾਂ ਨੇ ਚੱਕ ਕੇ ਮੁੜ ਕੇ ਕਹਿ ਦਿਓ ਚੱਲ ਮੇਰੇ ਨਾਲ ਕਰਾ ਦੇ, ਮੈਂ ਨਾ ਕਰਾ, ਚਲਾਈ ਤੂੰ ਚੱਲ। ਹੈਂ, ਇਹ ਬੰਦਾ ਮੱਲਾ ਵੀ ਇੱਕ ਅੱਗ ਦੇਖਦਾ ਤੇ ਚਲੋ ਸਮਝਾਉਣਾ ਵੀ ਹੋਇਆ। ਇੱਕ ਬੰਦਾ 24 ਨੂੰ ਤਾਂ ਗੱਡੀ ਖਰੀਦਦਾ, 24 ਨੂੰ ਕਿਉਂ, 24 ਨੂੰ ਗੱਡੀ ਖਰੀਦਦਾ, 24 ਨੂੰ ਕਿਉਂ ਵਾਪਸ ਕਰ ਦੂੰਗਾ ਮੁੜ ਕੇ ਟਰਾਂਸਫਰ ਕਰਨ ਵਾਸਤੇ? ਹੈਂ, ਹੈਲੋ। ਹਾਂਜੀ, ਮੈਨੂੰ ਇਹ ਦੱਸ ਵੀ ਜਿਹੜੀ ਇਹਨੇ ਗੱਡੀ, ਸੁਨੀਲ ਨੇ ਗੱਡੀ ਖਰੀਦੀ ਸੀ ਤੁਹਾਡੇ ਤੋਂ, ਹਾਂਜੀ, ਇਹਦਾ ਮਸਲਾ ਕੀ ਹੈ ਅਸਲ? ਮਸਲਾ ਤਾਂ ਕੋਈ ਵੀ ਨਹੀਂ ਹੈ, ਇਹ ਤਾਂ ਦੋਨੋਂ ਇਕੱਠੇ ਕੰਮ ਕਰਦੇ ਸੀਗੇ। ਇਹਦੇ ਮੁੰਡੇ ਦੇ ਤਾਂ ਕੋਈ ਪ੍ਰੂਫ ਕੋਈ ਹੈ ਨਹੀਂ ਜੀ। ਪਹਿਲਾਂ ਇਹਨੇ ਰੈਂਟ ਡੀਡ ਦੇਤੀ ਵੀ ਮੈਂ ਇਹਦਾ ਨਾਲ ਰਹਿੰਦਾ, ਇਕੱਠੇ ਕੰਮ ਕਰਦੇ ਸੀ ਦੋਨੋਂ। ਤੇ ਇਹ ਟਰਾਂਸਫਰ ਵੀ ਮੈਂ ਕਿਹਾ ਭਾਜੀ ਇਸ ਐਡਰੈਸ ਤੇ ਐਨਓਸੀ ਨਹੀਂ ਕੱਢਦੀ, ਵੀ ਤੇਰੀ ਪਠਾਨਕੋਟ ਦੀ ਐਨਓਸੀ ਕੱਢਦੀ ਹੈ। ਉਹ ਕਹਿੰਦਾ ਕੋਈ ਨਾ ਭਾਜੀ, ਤੁਸੀਂ ਇਹਦੇ ਨਾਲ ਕਰਾ ਦਿਓ। ਮੈਂ ਕਿਹਾ ਭਾਈ ਏਦਾਂ ਇਹਦੇ ਤੇ ਲਿਖ ਕੇ ਦੇ ਦਿਓ ਵੀ ਆਪਾਂ ਇਹਦੇ ਨਾਲ ਕਰਾਉਣੀ ਹੈ, ਆਪਾਂ ਇਹਦੇ ਨਾਲ ਹੀ ਐਨਓਸੀ ਕਰਾਏ ਨੇ, ਤੁਸੀਂ ਆਪਣੇ ਨਾਲ ਕਰਾ ਲਿਓ। ਆਪਾਂ ਇਹਦਾ ਕੋਈ ਲਿਖ ਕੇ ਲੈ ਲਿਆ, ਇਹ ਐਨਓਸੀ ਇੱਕ ਨਾ ਇਹਦੇ ਨਾਲ ਦੀ, ਮੁੰਡੇ ਦੇ ਦੂਏ ਮੁੰਡੇ ਦੇ ਨਾਲ ਦੀ ਕੱਟ ਕੇ ਆ ਗਈ। ਅੱਛਾ, ਹਾਂ, ਤੁਹਾਨੂੰ ਪੇਮੈਂਟ ਕਿਹਨੇ ਦਿੱਤੀ ਜੀ? ਸੁਨੀਲ ਨਹੀਂ ਖਰਚੇ ਪੈਸੇ ਤਾਂ ਮੁੰਡੇ ਨੇ, ਸੁਨੀਲ ਨਹੀਂ ਖਰਚੇ। ਤੁਹਾਨੂੰ ਪੇਮੈਂਟ ਕਿਹਨੇ ਦਿੱਤੀ ਗੱਡੀ ਦੀ? ਸੁਨੀਲ ਨੇ। ਸੁਨੀਲ ਨੇ? ਹਾਂਜੀ ਹਾਂ। ਇਹਦੇ ਨਾਲ ਸੌਦਾ ਤਾਂ ਨਹੀਂ ਹੋਇਆ ਦੂਜੇ ਨਾਲ, ਰੋਹਿਤ ਨਾਲ? ਨਹੀਂ, ਇਹਦੇ ਮੁੰਡੇ ਨਾਲ ਕੋਈ ਗੱਲ ਹੀ ਨਹੀਂ। ਇਹਦਾ ਮੁੰਡਾ ਆਇਆ ਤਾਂ ਨਾਲ ਹੀ ਵੀ ਹੈਲਪ ਕਰਨ ਆਇਆ ਸੀਗਾ ਵੀ ਸੌਦੇ ਵਾਲੇ। ਅੱਛਾ, ਹਾਂ, ਗੱਡੀ ਇਸੇ ਨੇ ਖਰੀਦੀ ਸੀਗੀ? ਸਾਡੇ ਕੋਲ ਜੋ ਇਹ ਕਹਿੰਦੇ ਅਸੀਂ ਤਾਂ ਲਿਖ ਕੇ ਲੈ ਲੈਣਾ, ਠੀਕ ਆ ਵੀ ਅਸੀਂ ਲਿਖਦੇ ਇੱਥੇ, ਇਹਦੇ ਕਰਨਾ ਇਹਦੇ ਕਰ ਦਿੰਦੇ, ਸਾਨੂੰ ਕੀ ਦਿੱਕਤ ਆ? ਨਹੀਂ, ਪੈਸੇ ਤੇ ਇਹਦੇ ਅਕਾਊਂਟ ਚੋਂ ਆਏ ਸੀਗਾ, ਤੇ ਉਹਦੇ ਅਕਾਊਂਟ ਚੋਂ ਆਏ ਕਿਵੇਂ ਆਏ ਸੀ ਤੇ ਕੈਸ਼ ਦਿੱਤਾ ਸੀ? ਸੁਨੀਲ ਸੁਨੀਲ ਦੇ ਉਹਦੇ ਚੋਂ ਆਇਆ ਜੀ ਪੈਸੇ। ਅੱਛਾ, ਹਾਂ ਹਾਂ, ਸੁਨੀਲ ਨੇ ਲਿਆ ਪੈਸੇ। ਇਹ ਤਾਂ ਮੁੰਡਾ ਇਹਦੀ ਸਮਾਂ ਹੈਲਪ ਕਰਦਾ ਸੀ ਇਹਨਾਂ ਦੀ, ਆਪਸ 'ਚ ਝਗੜਾ ਕੀ ਹੋਇਆ ਮੈਨੂੰ ਆਹ ਗੱਲ ਦਾ ਨਹੀਂ ਪਤਾ ਜੀ। ਅੱਛਾ ਅੱਛਾ, ਹਾਂ, ਇਹ ਨਹੀਂ ਪਤਾ ਇਹਨਾਂ ਦਾ ਆਪਸ 'ਚ ਝਗੜਾ ਕਿਉਂ ਹੋਇਆ। ਅੱਛਾ, ਹੁਣ ਆਪਸ 'ਚ ਕਿਆ ਕੋਈ ਕਹਾਣੀ ਹੈ ਮੈਨੂੰ ਤਾਂ ਪਤਾ ਨਹੀਂ, ਉਹ ਕਿ ਮੈਂ ਠੀਕ ਹਾਂ ਮੈਂ ਠੀਕ, ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ। ਹੁਣ 1.5 ਸਾਲ ਪਹਿਲਾਂ ਗਾਹ ਗਿਆ ਜੀ ਆਪਣਾ, ਮੈਂ ਗਾਹ ਗਾ ਗਿਆ, ਚੀਜ਼ ਲੈ ਗਿਆ, ਠੀਕ ਹੈ ਜੀ, ਨਾ ਹੋ ਗਈ ਅਗਲੇ ਠੀਕ ਆ। ਦੁਬਾਰਾ ਦੱਸੀ ਵੀਰ ਜੀ, 1.5 ਸਾਲ ਪਹਿਲਾਂ ਜਦੋਂ ਗੱਡੀ ਲੈ ਗਏ ਆਪਣੇ ਨਾਂ ਇਹਨਾਂ ਨੇ ਕਰਾ ਲਈ, ਸਾਡੇ ਤਾਂ ਇਹਦੇ ਰੈਡਿੰਗ ਨਹੀਂ, ਸਾਡੇ ਤਾਂ ਹੁੰਦਾ ਵੀ ਗੱਡੀ ਇਹਨਾਂ ਪਹਿਲਾਂ ਨਾਂ ਕਰਾ ਲਈ ਲੈ ਲਈ ਆ, ਕਿਉਂਕਿ ਸਾਨੂੰ ਤਾਂ ਇਹੀ ਹੁੰਦਾ ਵੀ ਜਿਹੜੇ ਬੰਦਾ ਗੱਡੀ ਖਰੀਦੇ ਨਾਂ ਕਰਾ ਲੇ। ਤੇ ਇਹਦਾ ਕੋਈ ਪ੍ਰੂਫ ਰਾਫ ਜਿਹਾ ਹੈ ਨੀ ਜੀ ਮੁੰਡੇ ਦਾ, ਤੇ ਮੁੰਡੇ ਦੋਨੋਂ ਇਕੱਠੇ ਹੀ ਕੰਮ ਕਰਦੇ ਹੋਣੇ ਦਾਦੇ ਜਿੱਦਾਂ ਇਹ ਕਹਿੰਦੇ ਸੀਗੇ। ਇਹ ਤਾਂ ਫਿਰ ਇਹ ਮੁੰਡੇ ਦੇ ਨਾਂ ਇਹਨਾਂ ਆਪ ਕਹਿ ਕੇ ਕਰਾਈ ਹੈ ਸੁਨੀਲ ਨੇ।
ਇਹ ਕਹਿੰਦਾ ਹੁਣ ਮਾਲਕ ਹੀ ਮੈਂ ਆ, ਗੱਡੀ ਦਾ ਪੈਸੇ ਮੈਂ ਦਿੱਤੇ, ਸਾਰਾ ਕੁਝ ਮੈਂ ਕੀਤਾ। ਮੈਨੂੰ ਪਤਾ ਨੀ ਇਹਦਾ ਆਪਸ ਚ ਕੋਈ ਝਗੜਾ ਹੋਊਗਾ, ਕੋਈ ਗੱਲ ਹੋਊਗੀ ਤਾਂ ਵੱਖਰੀ ਗੱਲ ਹੈ। ਸਾਨੂੰ ਪੈਸੇ ਸੁਨੀਲ ਦੇ ਦਿੱਤੇ ਆ। ਅੱਛਾ, ਚਲੋ ਠੀਕ ਹੈ ਭਰਾ ਜੀ, ਠੀਕ ਹੈ, ਥੈਂਕ ਯੂ। अभी आप कहाँ हॉस्पिटल में हो? कौन से शहर में? जिन्होंने मारा है इनको, वो लड़के कौन है? हाँ, कहाँ मारा इसको? कौन सी कॉलोनी है? ये कहाँ पड़ती है? हाँ, झगड़ा भाई भी हुआ था, ठीक है। ਪੈਸਾ ਨਹੀਂ ਲੱਗਾ, ਇੱਕ ਨਾ ਕਰਾ ਕੇ ਸਮਾਨ ਬਣਿਆ ਬੜਾ।
बात मेरी सुनो, बात ये है कि अभी बात नहीं है, आपस में खराब हो गया। अगर ऐसी बात होती कि इन्होंने इसने गड्डी लेनी थी तो डॉक्यूमेंट इसके पास रहता ही, गड्डी में क्यों छोड़ता है, ये अपने पास ही रखता था वो। अब बात बात ये सही है, गाड़ी इसने खरीदी थी, पैसे इसने दिए, प्रॉब्लम आ गई गड्डी ना आ रही है। पैसा ट्रांसफर किया था उन्होंने, इसने बताया ना, आपको नहीं पता इस चीज का? हाँ जी, ओबियसली हम मेरे अकाउंट से मेरा रिकॉर्ड बोलूंगा, ओदा ओदे चो निकलेगा बोलूंगा, कुछ कोई दिक्कत नहीं है। हम इसको नहीं ए सर्च में करवा लूंगा अकाउंट गड्डी के लिए। i20 गड्डी है मार्च का मॉडल। उठना तो बंदा कोई नहीं करता, कोई नहीं करता सर, इनने भी बड़े मुल्ले 17 लाख का क्लेम बना के बैठा 4.5 साल का। खतरा मेनू प्रोटेक्शन दो। चलो तुम इदा करो पूरे ना 4 बजे दोनों की तरह फादर दोनों थाने सुहाने का बयान लिखा दो अपना, मैं कोल कर इतने लिखाओ जी, इतने लिखाओ थाने सुहाने आके ये लैटर हाई कोर्ट वालों सानू थाने सुहाने आया, मैं अबरावा में जाके आया, ठीक है, तेरे मामले का नंबर लिया तेरा बता रहा हूँ तो, ठीक है, उन्होंने बयान में लिख लिया, तेरा ही बयान लिखना, तेरे फादर बयान लिखना है, क्योंकि बोल जाता हूँ मैं, आज पूरे 4 बजे आ जाओ, जब हमें आ जाओ, 4 बजे आ जाओ, सेक्टर 4 है ना, वो 11 बजे बोला, करो जी गल मेरी होगी क्यों पाया नहीं क्लेम 7 लाख का, सारा देना ही नहीं मैं किसी देने से जरा 7 लाख का क्लेम बना था। 7 लाख का कितना बनाया बात करते हैं।
ਸਰ ਪਤਾ ਕਿਆ ਮੈਂ ਨਾ ਤੁਹਾਨੂੰ ਕੰਮ ਕੀਤਾ ਸੀਗਾ 5 ਸਾਲ ਅਤੇ ਮੇਰੀ ਇਹਦੇ ਨਾਲ ਇਹਦੀ ਫੈਮਿਲੀ ਨਾਲ ਕਾਫੀ ਜ਼ਿਆਦਾ ਬੋਂਡਿੰਗ ਸੀ ਇਹਦੀ ਛੋਟੀ ਜਿਹੀ ਬੱਚੀ ਉਹਦੇ ਨਾਲ ਮੇਰਾ ਕਾਫੀ ਜ਼ਿਆਦਾ ਅਟੈਚਮੈਂਟ ਸੀਗੀ ਇਹਦਾ ਨਾ ਕੰਮ ਹੋ ਗਿਆ ਡਾਊਨ 1 ਸਾਲ ਕਰਕੇ ਉਸ ਤੋਂ ਬਾਅਦ ਕਿਆ ਹੋਇਆ ਕਿ ਸਰ ਨਹੀਂ ਉਹੀ ਦੱਸ ਰਿਹਾ ਮੈਂ ਸਰ ਇਹਦਾ ਪਤਾ ਕਿਆ ਹੋ ਗਿਆ ਕੰਮ ਡਾਊਨ ਠੀਕ ਹੈ ਸਾਡੇ ਨਾਲ ਕਾਫੀ ਬੰਦੇ ਕੰਮ ਕਰਦੇ ਹੌਲੀ ਹੌਲੀ ਛੱਡ ਗਏ ਇਹਦਾ ਬਿਜ਼ਨਸ ਹੋ ਗਿਆ ਡਾਊਨ ਮੈਂ ਇਹਦੀ ਕੰਪਨੀ ਤਾਂ ਕਰਕੇ ਨਹੀਂ ਛੱਡੀ ਮੈਂ ਕਿਹਾ ਯਾਰ ਇੰਨੀ ਦੇਰ ਤੋਂ ਕੰਮ ਕਰ ਰਿਹਾ ਕਿਉਂ ਮਾੜੇ ਚੰਗੇ ਟਾਈਮ ਤੋਂ ਸਾਡਾ ਕਿਸੇ ਦਾ ਸਾਥ ਦਿੰਦਾ ਮੈਂ ਸਰ ਪੇਂਡੂ ਬੰਦਾ ਮੈਨੂੰ ਤਲਾਕੀਆਂ ਕਰਦੇ ਨਹੀਂ ਆਉਂਦੀਆਂ ਫਿਰ ਸਰ ਉੱਥੇ ਉਹਦੇ ਟਾਈਮ ਪੀਰੀਅਡ 'ਚ ਕਿਆ ਹੋਇਆ ਕਿਤੇ ਖਰਚੇ ਜ਼ਿਆਦਾ ਸੀਗੇ ਕਿਉਂਕਿ ਔਫਿਸ ਦਾ ਰੈਂਟ ਸੀਗਾ ਇੰਪਲੋਈ ਦੀਆਂ ਸੈਲਰੀਆਂ ਸੀਗੀਆਂ ਮੇਰੀਆਂ ਸੈਲਰੀਆਂ ਨਾ ਆਈਆਂ ਹੋਲਡ ਹੋ ਗਈਆਂ ਜਿਵੇਂ ਕਿਸੇ ਮਹੀਨੇ ਮੇਰੀ ਸੈਲਰੀ ਆਉਂਦੀ ਸੀਗੀ ਕਿਸੇ ਮਹੀਨੇ ਨਹੀਂ ਆਉਂਦੀ ਸੀਗੀ ਜਿਵੇਂ 1 ਮਹੀਨੇ ਆ ਗਈ ਅਗਲੇ ਮਹੀਨੇ ਨਹੀਂ ਆਈ ਉਸ ਤੋਂ ਅਗਲੇ ਮਹੀਨੇ ਜੇ ਜੇ 10,000 ਹੁੰਦੇ ਸੀਗੇ 10,000 ਮੇਰੇ ਅਕਾਊਂਟ ਤੋਂ ਆ ਜਾਂਦਾ ਸੀਗਾ ਜੇ 5 ਹੋਏ 5 ਪਵਾਤੇ ਨਹੀਂ ਹੋਏ ਨਹੀਂ ਮੈਂ ਇੰਨਾ ਬੁੱਧ ਨਹੀਂ ਮੈਂ ਕਿਹਾ ਚੱਲ ਯਾਰ ਕਿਉਂ ਮਾੜੇ ਟਾਈਮ ਦੇ ਸਾਥ ਸਿੱਟਣਾ ਜਦੋਂ ਸਰ ਹੁਣ ਮੈਂ ਇਹ ਕੰਪਨੀ ਸਤੰਬਰ 2018 ਨੂੰ ਛੱਡ ਦੇਣੀ ਸੀਗੀ ਕਿਉਂਕਿ ਮੈਨੂੰ ਹੋਰ ਕਿਤੇ ਵਧੀਆ ਔਫਰ ਮਿਲ ਲੱਖ ਦੇ ਸੈਲਰੀ ਮਿਲ ਰਹੀ ਸੀਗੀ ਮੈਨੂੰ ਰਿਜ਼ਾਈਨ ਪਾਇਆ ਰਿਜ਼ਾਈਨ 'ਚ ਮੈਨੂੰ ਇਹ ਵੀ ਲਿਖਿਆ ਮੈਂ ਕਿਹਾ ਵੀ ਦੇਖ ਮੈਂ 1 ਮਹੀਨੇ ਦਾ ਤੁਹਾਨੂੰ ਨੋਟਿਸ ਦੇ ਰਿਹਾ 1 ਮਹੀਨੇ ਤੱਕ ਮੇਰੇ ਡਿਊਜ਼ ਵੀ ਕਲੀਅਰ ਕਰ ਦੇ ਅਤੇ ਮੈਂ ਪਿਛਲੇ 4 ਸਾਲ ਤੋਂ ਜਿਹੜੀਆਂ ਛੁੱਟੀਆਂ ਲੈਣੀਆਂ ਉਹਦੇ ਪੈਸੇ ਵੀ ਕਲੀਅਰ ਕਰ ਦੇ ਠੀਕ ਹੈ ਸਰ ਇਹਨੇ ਮੈਨੂੰ ਕਿਹਾ ਕਹਿੰਦਾ 1 ਮਹੀਨੇ ਦਾ ਹੀ ਨੋਟਿਸ ਚਾਹੀਦਾ ਮੈਨੂੰ 2 ਮਹੀਨੇ ਦਾ ਚਾਹੀਦਾ ਸਰ ਮੈਂ ਕਿਹਾ ਚਲੋ ਠੀਕ ਹੈ 2 ਮਹੀਨੇ ਦਾ ਸੀ ਉਸ ਤੋਂ ਬਾਅਦ 2 ਮਹੀਨੇ ਬਾਅਦ ਵੀ ਇਹਨੇ ਪੈਸੇ ਨਹੀਂ ਕਲੀਅਰ ਕੀਤੇ ਪਹਿਲੀ 3 ਦਸੰਬਰ ਨੂੰ ਸਰ ਮੈਂ ਕੰਪਨੀ ਦੀ ਛੱਡ ਦਿੱਤੀ 4 ਦਸੰਬਰ ਜਾਂ 3 ਦਸੰਬਰ ਦੀ ਗੱਲ ਹੈ ਔਰ ਜਦੋਂ ਛੱਡੀ ਇਹਨੂੰ ਮੈਂ ਕਿਹਾ ਵੀ ਪੈਸੇ ਕਰ ਕਰੇ ਕਲੀਅਰ ਕਹਿੰਦਾ ਦੇਖ ਡਿਊਸ ਕਰੇ ਮੈਂ ਕਲੀਅਰ ਕਰਨੀ ਨਹੀਂ ਹੈਗੇ ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸਣਾ ਮੈਂ ਕਿਹਾ ਮੇਰੇ ਪਾਸ ਬੈਂਕ ਸਟੇਟਮੈਂਟ ਆ ਉਹਨੂੰ ਕੋਈ ਵੀ ਨਹੀਂ ਚੇਂਜ ਕਰ ਸਕਦਾ ਮੈਂ ਲੇਬਰ ਕੋਰਟ 'ਚ ਚੱਲ ਜਾਣਾ ਕਹਿੰਦਾ ਲੇਬਰ ਕੋਰਟ 'ਚ ਚੱਲ ਜਾ ਗੱਡੀ ਮੇਰੇ ਨਾਂ 'ਤੇ ਹੋਈ ਪਈ ਹੈ ਮੈਂ ਚੋਰੀ ਦਾ ਕੇਸ ਪਾ ਦੇਣੀ ਮੇਰੀ ਗੱਡੀ ਚੋਰੀ ਹੋ ਗਈ ਹੈ ਭਰੀ ਦੱਸੋ ਜਾਣੀ ਤੂੰ ਦੇਖ ਲਈ ਮੈਂ ਬੋਲਦਾ ਨਹੀਂ ਕਿਤਾ ਮੈਂ ਐਡਵੋਕੇਟ ਨਾਲ ਸਲਾਹ ਕੀਤੀ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਪੋਜੈਸ਼ਨ ਤੇਰੇ ਕੋਲ ਹੈ ਔਫਿਸ ਦੇ ਸਾਰੇ ਇੰਪਲੋਈਜ਼ ਇਸ ਚੀਜ਼ ਦੀ ਗਵਾਹੀ ਹੈਗੇ ਕਿ ਗੱਡੀ ਸ਼ੁਰੂ ਤੋਂ ਮੈਂ ਚਲਾ ਰਿਹਾ ਤੂੰ ਕੋਈ ਤੈਨੂੰ ਡਰਨ ਦੀ ਗੱਲ ਨਹੀਂ ਹੈਗੀ ਸੇਲ ਲੈਟਰ ਤੇਰੇ ਕੋਲ ਆ ਤੂੰ ਚੁੱਪ ਕਰਕੇ ਕੰਪਲੇਂਟ ਪਾ ਦੇ ਮੈਂ ਐਸਐਸਪੀ ਨੂੰ ਕੰਪਲੇਂਟ ਪਾਈ ਐਸਐਸਪੀ ਸਾਹਮਣੇ ਜਦੋਂ ਪਹਿਲੇ ਦਿਨ ਉਹਨੂੰ ਬੁਲਾਇਆ ਇਹਨੇ ਆ ਕੇ ਪਹਿਲੇ ਮੈਨੂੰ ਗਾਲਾਂ ਕੱਢੀਆਂ ਐਸਐਸਪੀ ਦੇ ਐਸ ਟੀ ਸਿਟੀ ਦੇ ਆਫਿਸ ਸੀਗੀ ਮਨਮੋਹਨ ਸਿੰਘ ਹੈਗੇ ਲੀਡਰ ਉਹਨਾਂ ਸਾਹਮਣੇ ਇਹਨੇ ਗਾਲਾਂ ਕੱਢੀਆਂ ਕਹਿੰਦਾ ਚੱਲ ਚੱਲ ਦਫਾ ਹੋ ਤੇਰੇ ਵਰਗੇ ਬਥੇਰੇ ਦੇਖੇ ਠੀਕ ਹੈ ਸਰ ਉਸ ਤੋਂ ਬਾਅਦ ਜਦੋਂ ਐਸਐਸਪੀ ਨੂੰ ਮੈਂ ਸੇਲ ਲੈਟਰ ਦਿਖਾਇਆ ਨਾ ਸੇਲ ਲੈਟਰ 'ਚ ਹੁਣ 1.5 ਲੱਖ ਦੀ ਕੈਸ਼ ਟ੍ਰਾਂਜੈਕਸ਼ਨ ਹੈਗੀ ਔਨਲਾਈਨ ਟ੍ਰਾਂਜੈਕਸ਼ਨ ਹੈ ਫਿਰ ਇਹ ਮੁੱਕ ਰਿਹਾ ਕਹਿੰਦਾ 1.5 ਲੱਖ ਜਿਹੜਾ ਉਹ ਇਹਨੇ ਪੇ ਕੀਤਾ ਇਸ ਤੋਂ ਉੱਤੇ ਵਾਲਾ ਜਿਹੜਾ 1 ਲੱਖ ਸੀਗਾ ਨਾ ਉਹ ਮੈਂ ਪੇ ਕੀਤਾ ਹੁਣ ਇਹ ਕਹਿੰਦਾ ਕਿ 1.5 ਲੱਖ ਮੈਂ ਇਹਦੇ ਅਕਾਊਂਟ 'ਚ ਪਹਿਲੇ ਹੀ ਟ੍ਰਾਂਸਫਰ ਕਰ ਦਿੱਤਾ ਸੀਗਾ ਸੋਰੀ 1 ਲੱਖ ਰੁਪਇਆ 50,000 ਕੈਸ਼ ਦੇ ਦਿੱਤਾ ਸੀਗਾ ਝੂਠ ਸਾਰਾ ਸਰ ਉਹ ਇੱਕ ਕੰਪਲੇਂਟ ਸਰ ਫਿਰ ਹਾਂਜੀ ਦੱਸਦਾ ਮੈਂ 5-6 ਲੱਖ ਰੁਪਏ ਟੋਟਲ ਸੀਗੀਆਂ ਸੈਲਰੀਆਂ ਉਹ ਅਕਾਊਂਟ 'ਚ ਮੈਂ ਸਾਰਾ ਕੁਛ ਹਿਸਾਬ ਕਿਤਾਬ ਕਰਕੇ ਐਸ ਪੀ ਨੂੰ ਦੱਸਿਆ ਐਸ ਪੀ ਸਿਟੀ 'ਚ ਉਹਨਾਂ ਨੇ ਫਾਈਨਲੀ ਰਿਪੋਰਟ ਇੱਕ ਬਣਾਈ ਹੋਈ ਆ ਮੈਂ ਸੋਮਵਾਰ ਰਿਪੋਰਟ ਘਟਾ ਦੂੰਗਾ 5.5-6 ਲੱਖ ਰੁਪਏ ਮੇਰੀਆਂ ਟੋਟਲ ਸੈਲਰੀਆਂ ਪਿਛਲੇ 4 ਸਾਲ ਤੋਂ ਜਿਹੜੀਆਂ ਪੈਂਡਿੰਗ ਹੈ ਇਸ ਤੋਂ ਇਲਾਵਾ ਸਰ 2.5 ਸਾਲ ਇਹਨੇ ਮੇਰੇ ਤੋਂ ਓਵਰ ਟਾਈਮ ਦਾ ਕੰਮ ਕਰਾਇਆ ਸੀਗਾ ਪਹਿਲਾਂ ਤਾਂ ਮੈਂ ਸੋਚ ਰਿਹਾ ਸੀਗਾ ਚੱਲ ਓਵਰ ਟਾਈਮ ਰਹਿਣ ਦੇਣਾ ਪਰ ਜਦੋਂ ਇਹਨੇ ਮੇਰੇ ਨਾਲ ਖੁੰਝਣਾ ਕੱਢਣੀਆਂ ਸਟਾਰਟ ਕਰਤੀਆਂ ਨਾ ਫਿਰ ਲੇਬਰ ਲੋਸ ਦੇ ਅਕੋਰਡਿੰਗ ਤਾਂ ਓਵਰ ਟਾਈਮ ਦਾ ਕੰਪਨੀ ਨੂੰ ਪੇ ਕਰਨਾ ਪੈਂਦਾ ਫਿਰ ਮੈਂ ਉਹ ਵੀ ਕਲੇਮ ਕਰਦਾ ਵੀ ਚੱਲ ਠੀਕ ਹੈ ਜਿੰਨੇ ਨਿਕਲਣਗੇ ਮੇਰੇ ਮੈਂ ਤਾਂ ਕਾਨੂੰਨ ਨਹੀਂ ਘਟਾ ਲੂੰਗਾ ਜਿੰਨੇ ਨਿਕਲਣਗੇ ਕਾਨੂੰਨ ਘਟਾ ਕੇ ਤੇ ਮੈਂ ਜ਼ਬਰਦਸਤੀ ਤਾਂ ਕਰਨੇ ਲੱਗਿਆ ਇਹਦੇ ਨਾਲ ਮੈਂ 17 ਲੱਖ ਦਾ ਟੋਟਲ ਕਲੇਮ ਬਣਿਆ ਓਵਰ ਟਾਈਮ ਦਾ 2.5 ਸਾਲ ਦਾ ਓਵਰ ਉਹ ਸਰ ਇਹਨੇ ਦਿੱਤੇ ਨਹੀਂ ਮੈਨੂੰ ਅੱਜ ਤੱਕ ਮੇਰੇ ਕੋਲ ਸਿਰਫ 1 ਸੈਲਰੀ ਸਲਿੱਪ ਦਿੱਤੀ ਇਹਨੇ ਜਦੋਂ ਮੈਂ ਲੋਨ ਲੈਣਾ ਸੀਗਾ ਨਾ ਗੱਡੀ ਲੈਣ ਲਈ ਉਦੋਂ ਇਹਨੇ 1 ਸੈਲਰੀ ਸਲਿੱਪ ਮੈਨੂੰ ਦਿੱਤੀ ਸੀਗੀ ਉਹ ਮੇਰੇ ਕੋਲ ਪਈ ਹੋਈ ਹੈ ਬਸ ਉਹੀ ਹੈ ਮੇਰੇ ਕੋਲ ਇੱਕ ਹੋਰ ਕੁਛ ਨਹੀਂ ਹੈਗਾ ਇਹਨੇ ਦਿੱਤੇ ਨਹੀਂ ਅੱਜ ਤੱਕ ਕੋਈ ਵੀ ਕਿਸੇ ਬੰਦੇ ਨੂੰ ਵੀ ਇਹ ਚੱਜ ਦਾ ਡਾਕੂਮੈਂਟ ਨਹੀਂ ਦਿੰਦਾ ਸਰ ਕਿ ਕੱਲ੍ਹ ਨੂੰ ਬੰਦਾ ਕੋਈ ਕਲੇਮ ਨਾ ਕਰੇ ਮੈਂ ਦੱਸਦਾ ਸੈਲਰੀ ਸਲਿੱਪ ਪ੍ਰੋਜੈਕਟ ਮੈਨੇਜਰ ਮੇਰੀ ਡੈਜੀਗਨੇਸ਼ਨ ਹੈ ਉਸ ਵੇਲੇ 2018 ਨੇ ਉਸ ਵੇਲੇ ਮੇਰੀ 40,000 ਸੈਲਰੀ ਸੀ ਇਹਦਾ ਕੰਪਨੀ ਦਾ ਨਾਮ ਹੈ ਡੈਜੀਗਨੇਸ਼ਨ ਕੀ ਹੈ ਮੇਰੀ ਇਸ ਨੇ ਮੈਨੂੰ ਪ੍ਰੋਪਰਾਈਟਰ ਕਿਸ ਨੂੰ ਕਰਾਈ ਹੋਈ ਮੈਂ ਦੋਸਤ ਮੇਰੀ 40,000 ਸੈਲਰੀ ਨੇ ਉਹਨੂੰ ਈਮੇਲ ਕੀਤਾ ਸੈਲਰੀ ਸਲਿੱਪ ਨਾ ਇਹਨੇ ਈਮੇਲ ਤੋਂ ਮੇਰੀ ਜਿਹੜੀ ਹੈ
I'm going to go to the hospital.